अगर आपने हमारे चैनल को सब्सक्राइब नहीं किया है तो इसे सब्सक्राइब कर लें। गांव भोखड़ा में सोमवार को कोरोना मृतक के संस्कार के समय बेहद अजब हंगामा हुआ। बठिंडा संस्था सहारा जनसेवा के दो वर्करों व एक अस्पताल सेहतकर्मी सहित तीन लोग पटियाला के राजेंद्रा मेडिकल कॉलेज से 48 वर्षीय मृतक सिकंदर सिंह का शव लेने गए। वहां शव की पहचान मृतक के दामाद व भांजे ने। शाम को करीब 5:30 बजे गाँव के शमशान घाट पर दाह संस्कार के समय मृतक के किसी रिश्तेदार व कुछ युवकों ने शव किसी और का होने को लेकर हंगामा मचा दिया। जैसे तैसे परिवार ने संस्कार किया, लेकिन इसके बाद शमशान घाट के दरवाजे बंद कर संस्था की पीपीटी के पहनी टीम पर हमला बोल दिया गया। इसी तरह गांव के सरपंच व वरिष्ठ लोगों ने उन्हें बचाया। हां जी भाई, बिजली जी जेड़ा सहारा जनसेवा वर्कर ਤੇ ਕੱਲ ਹਮਲਾ ਹੋਇਆ, ਉਸ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ? ਖਾਨ ਸਾਹਿਬ, ਕੱਲ ਇਹ ਖਬਰ ਸੁਣ ਕੇ ਬਹੁਤ ਹੀ ਮਨ ਦੁਖਿਆ। ਸਾਡੇ ਸ਼ਹਿਰ ਦੀ ਸਭ ਤੋਂ ਮੂਹਰੀ ਸੰਸਥਾ ਸਹਾਰਾ ਵੈਲਫੇਅਰ ਸੁਸਾਇਟੀ ਨਿਸ਼ਕਾਮ ਸੇਵਾ ਕਰਦੇ ਨੇ, ਦਿਨ ਰਾਤ ਸੇਵਾ ਕਰਦੇ ਨੇ। ਇਸੇ ਤਰ੍ਹਾਂ ਸਾਨੂੰ ਨੌਜਵਾਨ ਸਾਡੀ ਜਿਹੜੀ ਸੁਸਾਇਟੀ ਹੈ ਸੋਨੂ ਮੇਸ਼ਵਰੀ ਜੀ ਹੋਰਾਂ ਦੀ, ਉਹ ਵੀ ਨਿਸ਼ਕਾਮ ਸੀ। ਹੋਰ ਵੀ ਸ਼ਹਿਰ 'ਚ ਬਹੁਤ ਸਾਡੀਆਂ ਸੁਸਾਇਟੀਆਂ ਨੇ ਜਿਹੜੀਆਂ ਬਹੁਤ ਜ਼ਿਆਦਾ ਦਿਨ ਰਾਤ ਆਪਣਾ ਖਿਆਲ ਨਾਲ ਰੱਖਦੇ ਹੋਏ ਲੋਕਾਂ ਦਾ ਖਿਆਲ ਰੱਖਦੇ ਹੈ। ਲੋਕ ਆਪਣੇ ਰਿਸ਼ਤੇਦਾਰਾਂ ਨੂੰ ਨਹੀਂ ਚੱਕਦੇ ਕਰੋਨਾ ਪੋਜ਼ੀਟਿਵਾਂ ਨੂੰ, ਇਹ ਉਹਨਾਂ ਦਾ ਸੰਸਕਾਰ ਕਰਦੇ ਹੈ, ਉਹਨਾਂ ਦੀ ਸਿਹਤ ਸੰਭਾਲ ਕਰਦੇ ਨੇ, ਲੈ ਕੇ ਆਉਂਦੇ ਨੇ। ਉਹ ਪਟਿਆਲੇ ਤੋਂ ਡੈੱਡ ਬੋਡੀ ਲੈ ਕੇ ਆਏ, ਉਹਨਾਂ ਦੇ ਰਿਸ਼ਤੇਦਾਰ ਨਾਲ ਨੇ, ਉਹ ਐਗਰੀ ਕਰ ਰਿਹਾ ਸਾਡਾ ਰਿਸ਼ਤੇਦਾਰ ਹੈ। ਭੋਖੜਾ ਰਾਮਬਾਗ 'ਚ ਉਹਨਾਂ ਦਾ ਸੰਸਕਾਰ ਕਰਾਉਣ ਨਾਲ ਗਏ ਹੈ ਅਤੇ ਉੱਥੋਂ ਦੇ ਪਿੰਡ ਦੇ ਕੁਛ ਸ਼ਰਾਰਤੀ ਅਨਸਰਾਂ ਨੇ ਉਹਨਾਂ 'ਤੇ ਹਮਲਾ ਕੀਤਾ, ਗੱਡੀ ਭੰਨੀ। ਇਹ ਨਿੰਦਣਯੋਗ ਨਹੀਂ, ਇਹ ਤਾਂ ਨਾ ਸਹਿਣਯੋਗ ਗੱਲ ਹੈ। ਇੰਨਾ ਜ਼ਿਆਦਾ ਇੰਨੀ ਮਹਾਂਮਾਰੀ ਦੇ ਵਿੱਚ ਇੰਨੀ ਸੇਵਾ ਕਰਨੀ ਅਤੇ ਉਹਨਾਂ ਵਰਕਰਾਂ 'ਤੇ ਹਮਲਾ ਕਰਨਾ ਜਿਹੜਾ ਆਪਣੇ ਆਪ ਨੂੰ ਨਾ ਕੁਛ ਵੀ ਸੰਭਾਲਦੇ ਹੋਏ ਲੋਕਾਂ ਦੀ ਸੇਵਾ ਕਰਦੇ ਹੈ, ਬਹੁਤ ਮਨ ਦੁਖਿਆ ਖਾਨ ਸਾਹਿਬ, ਬਹੁਤ ਮਨ ਦੁਖਿਆ। ਇਹਦੀ ਕੜੇ ਸ਼ਬਦ ਨਾਲ ਨਿੰਦਿਆ ਕਰਨੀ ਚਾਹੀਦੀ ਹੈ। ਮੈਂ ਵੀ ਬਹੁਤ ਕੜੇ ਸ਼ਬਦ ਨਾਲ ਨਿੰਦਿਆ ਕਰਦਾ। ਇਹਨਾਂ ਲੋਕਾਂ ਦਾ ਸਾਥ ਦਿਓ, ਸਹਿਯੋਗ ਦਿਓ, ਇਹਨਾਂ ਨੂੰ ਤਨ ਮਨ ਧਨ ਨਾਲ ਇਹਨਾਂ ਦਾ ਸਾਥ ਦੇਣਾ ਚਾਹੀਦਾ। ਕੌਣ ਕਰਦਾ ਸੇਵਾ, ਕੌਣ ਚੱਕਦਾ ਕਿਸੇ ਨੂੰ? ਇਹ ਵਿਚਾਰੇ ਦਿਨ ਰਾਤ ਲੋਕਾਂ ਦੀ ਸੇਵਾ ਕਰਦੇ ਆ। ਇਹੋ ਜਿਹੀਆਂ ਹਰਕਤਾਂ ਨਹੀਂ ਹੋਣੀਆਂ ਚਾਹੀਦੀਆਂ, ਨਾ ਹੀ ਇਹ ਬਰਦਾਸ਼ਤ ਕਰਨ ਯੋਗ ਹਰਕਤਾਂ ਨੇ। ਕਿਰਪਾ ਕਰਕੇ ਮੈਂ ਤਾਂ ਬੇਨਤੀ ਕਰਦਾ ਵੀ ਇਹੋ ਜਿਹੀਆਂ ਹਰਕਤਾਂ ਪਲੀਜ਼ ਨਾ ਕਰੋ, ਇਹਨਾਂ ਦਾ ਸਹਿਯੋਗ ਕਰੋ, ਇਹਨਾਂ ਦਾ ਸਾਥ ਦਿਓ। ਬਹੁਤ ਬਹੁਤ ਧੰਨਵਾਦ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੇਖੋ ਜੀ, ਪਹਿਲੀ ਗੱਲ ਤਾਂ ਇਹ ਹੈ ਵੀ ਸਹਾਰਾ ਜਨ ਸੇਵਾ ਵਾਲੇ ਜਿਹੜੇ ਇਹ ਅੱਜ ਦਾ ਕੰਮ ਨਹੀਂ ਕਰ ਰਹੇ, ਇਹ ਬਹੁਤ ਦੇਰ ਤੋਂ ਕੰਮ ਕਰ ਰਹੇ ਆ। ਇਹ ਲੋਕਾਂ ਦੀ ਸੇਵਾ ਵਾਸਤੇ ਸਾਰਾ ਕੰਮ ਕਰਦੇ ਆ ਅਤੇ ਇਹ ਬਹੁਤ ਮਾੜੀ ਗੱਲ ਆ ਜਿਹੜੇ ਕਿ ਇਹਨਾਂ ਲੋਕਾਂ ਨੇ ਜਿਹੜੇ ਕਿ ਭੋਖੜੇ ਦੇ ਵਿੱਚ ਜਦੋਂ ਇਹ ਇੱਕ ਡੈੱਡ ਬੋਡੀ ਲੈ ਕੇ ਗਏ ਅਤੇ ਉੱਥੇ ਜਾ ਕੇ ਇਹਨਾਂ ਨੇ ਉਹਨਾਂ ਨੂੰ ਵਾਰਸਾਂ ਨੂੰ ਦੇ ਦਿੱਤੀ ਹੈ, ਸਾਰੇ ਬੰਦੇ ਇਹਨਾਂ ਦੇ ਨਾਲ ਸੀਗੇ ਅਤੇ ਉਸ ਤੋਂ ਬਾਅਦ ਵੀ ਇਹ ਉੱਥੇ ਕਿਤੇ ਕੁਛ ਸ਼ਰਾਰਤੀ ਤੱਤਵਾਂ ਨੇ ਮਤਲਬ ਇਹਨਾਂ ਨੂੰ ਮਤਲਬ ਕਹਿ ਕੇ ਵੀ ਇਹ ਡੈੱਡ ਬੋਡੀ ਸਾਡੀ ਨਹੀਂ ਹੈ ਅਤੇ ਇਹਦੇ ਨਾਲ ਉੱਥੇ ਮਤਲਬ ਇਹਨਾਂ ਦੀ ਗੱਡੀ ਭੰਨੀ ਗਈ ਜਾਂ ਇਹਨਾਂ ਦੇ ਵਰਕਰਾਂ ਨਾਲ ਕੁੱਟਮਾਰ ਕੀਤੀ। ਇਹ ਬਹੁਤ ਮਾੜੀ ਗੱਲ ਹੈ, ਇਹ ਬਹੁਤ ਪੁਰਾਣੀ ਸੰਸਥਾ ਹੈ, ਇਹ ਲੋਕਾਂ ਦੀ ਸੇਵਾ ਕਰਨ ਵਾਸਤੇ ਹੀ ਹੈ ਅਤੇ ਇਹੋ ਜਿਹੀ ਘਿਨਾਉਣੀ ਹਰਕਤ ਜਿਹੜੀ ਇਹਨਾਂ ਬੰਦਿਆਂ ਨੇ ਕੀਤੀ ਹੈ, ਮੈਂ ਪ੍ਰਸ਼ਾਸਨ ਤੋਂ ਇਹ ਮੰਗ ਕਰਦਾ ਬਈ ਇਹਨਾਂ ਬੰਦਿਆਂ ਨੂੰ ਜਿਹੜੇ ਬੰਦਿਆਂ ਨੇ ਇਹ ਹਰਕਤ ਕੀਤੀ ਹੈ ਉਹਨਾਂ ਨੂੰ ਜਿਹੜੀ ਬਣਦੀ ਹੈ ਸਜ਼ਾ ਉਹਨਾਂ ਨੂੰ ਦਿੱਤੀ ਜਾਵੇ ਅਤੇ ਉਹਨਾਂ 'ਤੇ ਪਰਚਾ ਦਰਜ ਕਰਕੇ ਉਹਨਾਂ ਨੂੰ ਸਜ਼ਾ ਦਿਲਾਈ ਜਾਵੇ। ਕੈਮਰਾਮੈਨ ਖਾਨ ਕੇ ਸਾਥ ਅਨਿਲ ਕੁਮਾਰ ਕੀ ਰਿਪੋਰਟ। ਅਗਰ ਆਪਣੇ ਹਮਾਰੇ ਚੈਨਲ ਕੋ ਸਬਸਕ੍ਰਾਈਬ ਨਹੀਂ ਕੀਆ ਹੈ ਤੋ ਇਸੇ ਸਬਸਕ੍ਰਾਈਬ ਕਰ ਲੇਂ।